ਹੈਲੋ ਦੋਸਤੋ, ਕਿੱਦਾਂ ਸਾਰੇ? ਉਮੀਦ ਕਰਦਾ ਸਾਰੇ ਵਧੀਆ ਹੋਊਗੇ ਅਤੇ ਸਵਾਗਤ ਹੈ ਤੁਹਾਡਾ ਸਾਰਿਆਂ ਸਾਡੇ ਇੱਕ ਨਵੇਂ ਬਲੌਗ ਦੇ ਵਿੱਚ। ਅਤੇ ਅੱਜ ਬਹੁਤ ਦਿਨਾਂ ਬਾਅਦ ਲੱਗੇ ਹਾਂ ਬਲੌਗ ਬਣਾਉਣ, ਅਤੇ ਤੁਸੀਂ ਦੇਖ ਰਹੇ ਪਿੱਛੇ ਆਪਣੇ ਨਵੇਂ ਕੰਮ ਪਰ ਆਪਾਂ, ਅਤੇ ਜਿੱਥੇ ਪਹਿਲਾਂ ਲੱਗੇ ਹੋਏ ਉਹ ਵੀ ਜਗ੍ਹਾ ਦਿਖਾ ਦਿੰਦੇ ਹਾਂ ਤੁਹਾਨੂੰ, ਇੱਥੋਂ ਨੇੜੇ ਹੀ ਆ। ਅਤੇ ਆਹ ਨਵਾਂ ਕੰਮ ਮਿਲ ਗਿਆ ਆਪਾਂ ਨੂੰ, ਨਵੇਂ ਫਲੈਟਾਂ 'ਚ ਲੱਗੇ ਹੋਏ ਹਾਂ ਆਪਾਂ, ਅਤੇ ਜਿਹੜੇ ਪੁਰਾਣੇ ਫਲੈਟਾਂ 'ਚ ਲੱਗੇ ਹੋਏ ਤੇ ਆਪਾਂ ਉਹ ਵੀ ਇੱਥੇ ਦਿਖ ਜਾਣੇ ਆ, ਦਿਖਾ ਦਿੰਦੇ ਹਾਂ ਤੁਹਾਨੂੰ ਇੱਥੇ ਤੋਂ ਉਹ ਦੇਖ ਸਕਦੇ ਹਾਂ ਜਿੱਥੇ ਉਹ ਪਈਆਂ ਟੈਂਕੀਆਂ ਕਾਲੀਆਂ ਕਾਲੀਆਂ ਜਿਹੀਆਂ, ਪਹਿਲਾਂ ਉਹਨਾਂ 'ਚ ਲੱਗੇ ਹੋਏ ਤੇ ਆਪਾਂ, ਅਤੇ ਉੱਥੋਂ ਹਟ ਕੇ ਉੱਥੇ ਕੰਮ ਪੂਰਾ ਹੋ ਗਿਆ ਤਾ ਆਪਣਾ, ਅਤੇ ਹੁਣ ਇੱਥੇ ਆ ਗਏ ਹਾਂ ਪੀ ਜੀ 'ਚ। ਅਤੇ ਇੱਥੇ ਵੀ ਕਾਫੀ ਕੰਮ ਹੋ ਰਿਹਾ ਆਪਣਾ, ਪੂਰਾ ਬੈੱਡ ਬੁੱਡ ਬਣ ਗਏ, ਸਰਮਾਇਕਰ ਲੱਗ ਗਿਆ ਇਹਨਾਂ ਨੂੰ, ਅਤੇ ਆ ਸਮਾਨ ਪਏ ਆਪਣੇ ਦਰਵਾਜ਼ੇ ਲਾ ਰਹੇ ਤੇ, ਠੇਕੇਦਾਰ ਆਪਣੇ ਗਏ ਆ ਕਿਤੇ ਕੰਮ ਕਰਨ। ਇੱਧਰ ਬਾਥਰੂਮ ਬੂਥਰੂਮ ਤਿਆਰ ਹੋ ਗਏ, ਟਾਈਲਾਂ ਟੂਲਾਂ ਲੱਗ ਗਈਆਂ ਨੇ। ਇਸ ਵਕਤ ਆਪਾਂ ਤੀਜੇ ਫਲੋਰ 'ਤੇ ਹਾਂ, ਅਤੇ ਸਭ ਤੋਂ ਨੀਚੇ ਵਾਲੇ ਫਲੋਰ 'ਚ ਕੰਮ ਚੱਲ ਰਿਹਾ ਜੀ, ਅਤੇ ਉੱਪਰਲੇ ਫਲੋਰਾਂ ਦਾ ਕੰਮ ਆਪਾਂ ਨੇ ਨਿਬੇੜਤਾ, ਅਤੇ ਉਹ ਛੋਟੇ ਛੋਟੇ ਕਮਰੇ ਬਣਾਏ ਹੋਏ ਆ, ਵਿੱਚੇ ਰਸੋਈ, ਵਿੱਚੇ ਬਾਥਰੂਮ ਆ ਗਏ, ਇੱਧਰ ਬੈੱਡ ਬੁੱਡ ਰੱਖਦੇ ਹਾਂ। ਲੋਕ ਇੱਥੇ ਇੱਦਾਂ ਹੀ ਥੋੜ੍ਹੀ ਥੋੜ੍ਹੀ ਜਗ੍ਹਾ ਖਰੀਦ ਕੇ ਮਕਾਨ ਬਣਾਈ ਜਾਂਦੇ ਆ ਇੱਥੇ, ਕਿਉਂਕਿ ਯੂਨੀਵਰਸਿਟੀ ਆਪਣੇ ਨੇੜੇ ਪੈਂਦੀ ਹੈ, ਚੰਡੀਗੜ੍ਹ ਯੂਨੀਵਰਸਿਟੀ, ਤਾਂ ਕਰਕੇ ਨਿਆਣੇ ਬਹੁਤ ਕਮਰਿਆਂ ਦੀ ਜ਼ਰੂਰਤ ਰਹਿੰਦੀ ਉਹਨਾਂ ਨੂੰ, ਬੱਚਿਆਂ ਨੂੰ, ਅਤੇ ਸਾਰਿਆਂ ਜਿੰਨੇ ਵੀ ਦੇਖ ਰਹੇ ਤੁਸੀਂ ਮਕਾਨ ਇੱਥੇ, ਸਾਰਿਆਂ 'ਚ ਬੱਚੇ ਰਹਿੰਦੇ ਆ, ਅਤੇ ਇੱਦਾਂ ਦੇ ਕਮਰੇ ਵੀ ਘੱਟੋ ਘੱਟ 15-15 ਹਜ਼ਾਰ ਰੁਪਏ ਮਹੀਨੇ ਪਰ ਚੜ੍ਹਦੇ ਆ, ਕਈ ਜਗ੍ਹਾ ਤਾਂ ਵੱਧ ਆ ਰੈਂਟ। ਇੱਦਾਂ ਵੀ ਪਹਿਲਾਂ ਇਨਵੈਸਟ ਕਰਨਾ ਪੈਂਦਾ ਥੋੜ੍ਹਾ ਜਿਹਾ, ਅਤੇ ਉੱਤੇ ਬਾਅਦ ਤਾਂ ਫਿਰ ਕਿਰਾਇਆ ਆਈ ਹੋ ਜਾਂਦਾ ਲਗਾਤਾਰ, ਅਤੇ ਆ ਸਾਰੇ ਮਕਾਨ ਕਿਰਾਏ ਪਰ ਚੜ੍ਹੇ ਹੋਏ ਨੇ, ਕੁਝ ਬਣ ਰਹੇ ਨੇ। ਅਤੇ ਤੁਹਾਨੂੰ ਸਭ ਤੋਂ ਪੁਰਾਣੀ ਮੰਜ਼ਿਲ ਘੁੰਮਾ ਲਿਆਉਂਦੇ ਹਾਂ ਬਈ, ਉੱਪਰ ਮਿਸਤਰੀ ਲੱਗੇ ਹੋਏ ਨੇ, ਰਾਜ ਮਿਸਤਰੀ। ਟਾਈਲਾਂ ਲੱਗ ਰਹੀਆਂ ਉੱਪਰ, ਅਤੇ ਦੋ ਕਮਰੇ ਆ ਬਣੇ ਵੀ ਉੱਪਰ, ਅੱਜ ਹੀ ਪਾਈ ਹੈ ਸੀਮਿੰਟ ਤਾਜ਼ਾ ਤਾਜ਼ਾ। ਮਿੱਟੀ ਪਾ ਕੇ ਟਾਈਲਾਂ ਲਾਈਆਂ ਬਈ ਥੱਲੇ, ਤਾਂ ਕਿ ਠੰਡਾ ਰਹੇ ਗਰਮੀਆਂ 'ਚ, ਅਤੇ ਗਰਮੀ ਵਧਣ ਲੱਗ ਗਈ ਦਿਨੋ ਦਿਨ ਹੁਣ। ਅਤੇ ਇੱਥੇ ਇੱਕ ਆਹ ਵੀ ਰੂਲ ਆ ਵੀ 3 ਮੰਜ਼ਿਲਾਂ ਤੋਂ ਉੱਪਰ ਨਹੀਂ ਪਾ ਸਕਦੇ। ਆ ਜਿਹੜੀ ਸਾਹਮਣੇ ਤੁਸੀਂ ਮੰਜ਼ਿਲਾਂ ਦੇਖ ਰਹੇ ਹੋ, ਜ਼ਿਆਦਾ ਮੰਜ਼ਿਲਾਂ ਬਣੀਆਂ ਵੀ ਆ, ਇਹ ਜ਼ਿਆਦਾ ਪੈਸੇ ਭਰਾਉਣੇ ਪੈਂਦੇ ਫਿਰ ਇੱਥੇ ਕਮੇਟੀ ਨੂੰ। ਬਾਕੀ ਦੇਖ ਸਕਦੇ ਤੁਸੀਂ ਸਾਰੇ 3-3 ਮੰਜ਼ਿਲਾਂ ਪਈਆਂ ਹੋਈਆਂ, ਆਹ ਸੋ ਥੋੜ੍ਹੀਆਂ ਬਹੁਤੀਆਂ ਬਿਲਡਿੰਗਾਂ ਆਈਆਂ ਜਿਹੜੀਆਂ ਜ਼ਿਆਦਾ ਮੰਜ਼ਿਲਾਂ ਬਣੀਆਂ ਜਿਨ੍ਹਾਂ 'ਚ, ਅਤੇ ਆਹ 4ੀ ਮੰਜ਼ਿਲ ਆਪਾਂ ਖੜ੍ਹੇ ਹਾਂ ਆਪਾਂ, ਅਤੇ 4ੀ ਮੰਜ਼ਿਲ ਵੀ ਬਸ ਇੱਦਾਂ ਪੌੜੀਆਂ ਕਵਰ ਕਰਨ ਲਈ ਪਾ ਸਕਦੇ ਹਾਂ ਆਪਾਂ, ਪੂਰੀ ਨਹੀਂ ਪਾ ਸਕਦੇ। ਅਤੇ ਵੈਸੇ ਦੇਖਿਆ ਜਾਵੇ ਬਾਈ, ਇਸ ਇਲਾਕੇ 'ਚ ਨਾ ਕੰਮ ਬਹੁਤ ਜ਼ਿਆਦਾ,
ਬੰਦਾ ਜੇ ਕੰਮ ਕਰੇ ਨਾ ਇੱਥੇ ਕੰਮ ਬਹੁਤ ਜ਼ਿਆਦਾ ਮਿਲ ਜਾਂਦਾ ਬੰਦੇ ਨੂੰ, ਪਰ ਉਹੀ ਆ ਜਿੰਨਾ ਕੰਮ ਉਹਨੇ ਬੰਦੇ ਜ਼ਿਆਦਾ ਕੰਮ ਕਰਨ ਵਾਲੇ ਅਤੇ ਰੇਟ ਵੀ ਘੱਟ ਜਾਂਦੇ ਆ ਫਿਰ ਕੰਮ ਦੇ, ਕੰਮ ਬਹੁਤ ਜ਼ਿਆਦਾ ਲੈਂਦੇ ਆ ਅਤੇ ਪੈਸੇ ਦਿਹਾੜੀ ਦਿਹੁੜੀ ਘੱਟੇ ਮਿਲਦੀ ਹੈ, ਅਤੇ ਇੱਦਾਂ ਵੀ ਬੰਦਾ ਵਿਹਲਾ ਨਹੀਂ ਰਹਿੰਦਾ। ਅਤੇ ਬਾਈ ਕੰਮ 'ਤੇ ਇਹ ਆਪਣੀ ਲਾਸਟ ਵੀਡੀਓ ਆ ਇੱਥੇ ਕੰਮ 'ਤੇ, ਅਤੇ ਬਾਕੀ ਵੀਡੀਓ ਤੁਹਾਨੂੰ ਕਿਤੇ ਹੋਰ ਘੁੰਮਾਵਾਂਗੇ ਆਪਾਂ, ਅਤੇ ਆਪਣਾ ਸ਼ਹਿਰ ਕਿਤੇ ਬਾਹਰ ਦਾ ਬਣ ਜਾਵੇ ਪ੍ਰੋਗਰਾਮ, ਅਤੇ ਇਸ ਕਰਕੇ ਇਸ ਕੰਮ ਦੀ ਆਪਣੀ ਆਖਰੀ ਵੀਡੀਓ ਬਣ ਰਹੀ ਹੈ ਅੱਜ। ਇਸ ਤੋਂ ਬਾਅਦ ਤੁਹਾਨੂੰ ਇੱਥੇ ਵੀਡੀਓ ਦੇਖਣ ਨੂੰ ਵੀ ਮਿਲੂੰਗੀ ਇੱਥੇ ਕੰਮ ਦੀਆਂ, ਅਤੇ ਕਿਤੇ ਹੋਰ ਦੇਖਾਂਗੇ ਫਿਰ, ਅਤੇ ਤੁਹਾਨੂੰ ਨਾਲੇ ਨਵਾਂ ਕੰਮ ਦਿਖਾਵਾਂਗੇ, ਨਾਲੇ ਨਵੇਂ ਲੋਕ, ਨਾਲੇ ਨਵੀਂ ਵੀਡੀਓ। ਅਤੇ ਲਓ ਬਾਈ ਛੁੱਟੀ ਕਰ ਲਈਏ ਆਪਾਂ, ਅਤੇ ਅੱਜ ਇਕੱਲਾ ਹੀ ਰਹਿ ਗਿਆ ਮੈਂ, ਇਕੱਲੇ ਬੰਦੇ ਦਾ ਕੰਮ ਭਾਅ ਜੀ ਵੀ ਨਹੀਂ ਕਰਦਾ ਇਹ, ਬੰਦਾ ਕਰੇ ਤਾਂ ਕਰੇ ਕੀ ਇਕੱਲਾ, ਛੁੱਟੀ ਕਰ ਲਈ ਆਪਾਂ ਨੇ ਇੱਦਾਂ ਹੀ। ਦੂਜੀ ਮੰਜ਼ਿਲ ਆ ਇੱਥੇ, ਦਰਵਾਜ਼ੇ ਦੂਜੇ ਬਣਾਏ ਕਰਤਾ ਸਮਾਨ ਫਿਰਿਆ ਗਿਆ, ਅਤੇ ਆਹ ਬੈਗ ਬੂਗ ਪਏ ਆਪਣੇ ਇੱਥੇ, ਇੱਦਾਂ ਹੀ ਸੇਮ ਜਿੱਦਾਂ ਉੱਪਰਲਾ ਪੋਰਸ਼ਨ ਬਣਿਆ ਹੋਇਆ ਇੱਦਾਂ ਹੀ ਨੀਚੇ ਬਣਿਆ ਹੋਇਆ, ਅਤੇ ਨੀਚੇ ਨੂੰ ਚੱਲਦੇ ਹਾਂ ਆਪਣੇ ਬੈਗ ਬੂਗ ਚੱਕ ਕੇ, ਆਪਣਾ ਜਿਹੜਾ ਬਾਕੀ ਸਮਾਨ ਆ ਟੂਲ ਟਾਲ ਨਾ ਕੰਮ ਕਰਨ ਵਾਲਾ ਸਮਾਨ ਉਹ ਸਾਰਾ ਨੀਚੇ ਰੱਖ ਕੇ ਜਾਂਦੇ ਹਾਂ ਥੱਲੇ, ਇੱਕ ਕਮਰੇ ਨੂੰ ਤਾਲਾ ਲੱਗਦਾ ਉੱਥੇ, ਅਤੇ ਦੋ ਚਾਰ ਬੰਦੇ ਨੀਚੇ ਸੌਂਦੇ ਆ ਕਿਉਂਕਿ ਇੱਥੇ ਚੋਰੀ ਬਹੁਤ ਜ਼ਿਆਦਾ ਹੁੰਦੀ ਹੈ ਨਾ, ਅਤੇ ਪਹਿਲਾਂ ਵੀ ਇੱਥੇ ਕਾਫੀ ਵਾਰ ਚੋਰੀ ਹੋਈ, ਅਤੇ ਇੱਕ ਵਾਟਰ ਟੈਂਕ ਲੈ ਕੇ ਜਾ ਕੇ ਜਿਹੜੀ ਬੜੀ ਟੈਂਕੀ ਹੁੰਦੀ ਛੱਤਾਂ ਬੈਠੀ ਦੀ, ਅਤੇ ਇੱਕ ਸਵਾਸੀ ਪਰ ਖੋਲ੍ਹ ਲੈ ਗਏ, ਅਤੇ ਕਾਫੀ ਜ਼ਿਆਦਾ ਚੋਰੀਆਂ ਹੁੰਦੀਆਂ ਇੱਥੇ, ਅਤੇ ਰਾਤ ਨੂੰ ਪੂਰੇ ਟੋਲੇ ਨੇ ਟੋਲੇ ਬਣਾ ਕੇ ਆਉਂਦੇ ਆ ਲੁੱਟਣ ਚੋਰ, ਇਸ ਕਰਕੇ ਸਮਾਨ ਪੂਰਾ ਸਿਕਿਉਰਟੀ 'ਚ ਰੱਖਿਆ ਹੋਇਆ ਆਪਾਂ ਨੇ, ਚਾਰ ਬੰਦੇ ਨਾਲ ਪਾਉਂਦੇ ਹਾਂ ਆਪਾਂ ਸਮਾਨ ਦੇ, ਪਿੱਛੇ ਟਾਇਲ ਲੱਗ ਰਹੀ ਜੀ ਬਾਈ, ਅੱਧੇ ਕਮਰਿਆਂ 'ਚ ਲੱਗ ਗਈ ਆ ਥੋੜ੍ਹੀ ਬਹੁਤ ਰਹਿ ਗਈ, ਆਹ ਕਮਰਾ ਆਪਣਾ ਸਮਾਨ ਰੱਖਿਆ ਜੀ ਆਪਾਂ ਨੇ, ਅਤੇ ਇੱਥੇ ਬੰਦੇ ਸੌਂਦੇ ਰਾਤ ਨੂੰ, ਅਤੇ ਰਾਤ ਨੂੰ ਬੰਦੇ ਆ ਗਏ ਤੇ ਬਾਈ ਚੋਰ ਇੱਧਰੋਂ ਘੁੱਦ ਗਏ, ਪਿੱਛੇ ਕੰਧ ਆ ਨਾ ਛੋਟੀ ਇੱਧਰੋਂ ਅੰਦਰ ਆ ਗਏ, ਅਤੇ ਆਹ ਬੰਦੇ ਇੱਧਰ ਸੌਂਦੇ ਹੁੰਦੇ ਆਹ ਕਮਰੇ 'ਚ ਇੱਧਰ, ਅਤੇ ਰਾਤ ਨੂੰ ਆਹ ਕਮਰੇ 'ਚ ਚੋਰ ਬਣਨ ਲੱਗੇ ਤੇ ਆਹ ਰੋਡ ਪਾ ਕੇ ਸਾਰਾ ਟੇਢਾ ਕਰਤਾ ਹੁੰਦਾ, ਅਤੇ ਉਹ ਤਾਂ ਕਿਸੇ ਬੰਦੇ ਦੀ ਅੱਖ ਖੁੱਲ੍ਹ ਗਈ ਹੋਣੀ ਰਾਤ ਨੂੰ, ਫਿਰ ਇਹਨਾਂ ਨੇ ਗਾਹ ਪਾਇਆ ਹੁਣ ਇੱਥੇ ਲਾਗ ਪਾਸ ਪੜੋਸੀ ਪੜੋਸੀ ਨਿਕਲ ਕੇ ਆ ਗਏ, ਤਾਂ ਕਰਕੇ ਬਚਾਅ ਹੋ ਗਿਆ, ਨਹੀਂ ਆਪਣਾ ਸਮਾਨ ਗਿਆ ਤਾਂ ਦਿਨ ਸਾਰੇ, ਅਤੇ ਆਪਣੇ ਟਰੰਕ ਟਰੁੰਕ ਸਾਰੇ ਇੱਥੇ ਹੀ ਰੱਖੇ ਹੋਏ ਆਪਾਂ ਨੇ, ਅਤੇ ਹੁਣ ਬੰਦੇ ਇੱਥੇ ਹੀ ਪਾ ਦਿੰਦੇ ਆਪਾਂ, ਅਤੇ ਨਾਲੇ ਸਿਕਿਉਰਿਟੀ ਹੋਈ ਰਹਿੰਦੀ ਹੈ, ਨਾਲੇ ਇੱਥੇ ਪੱਖਾ ਲਵਾ ਤਾ ਬੰਦਿਆਂ ਨੂੰ, ਨਹੀਂ ਬਿਨਾਂ ਪੱਖੇ ਦੇ ਸੌਂਦੇ ਤੇ, ਅਤੇ ਬਾਕੀ ਆਪਣੀ ਤਿਆਰੀ ਹੈ ਜਾਣ ਦੀ, ਅਤੇ ਆਹ ਦੇਖੋ ਬਈ ਛੋਟੇ ਛੋਟੇ ਕਤੂਰੇ ਕਿੰਨੇ ਸੋਹਣੇ ਇਹ, ਅਤੇ ਚਾਰ ਪੰਜ ਛੇ ਤੇ ਇਹ ਇੱਕ ਪਤਾ ਨਹੀਂ ਇਹਨਾਂ 'ਚ ਕਿੱਥੇ ਗਾਇਬ ਹੋ ਗਿਆ, ਅਤੇ ਇੱਥੇ ਹੀ ਸਿਵੀ ਤੀ ਅੰਦਰ ਇਹ ਕੁੱਟੀ ਅੰਦਰ ਦਿੱਤੇ ਤੇ ਇਹ ਨਿਆਣੇ, ਅਤੇ ਬਾਕੀ ਚਾਰ ਇੱਧਰੇ ਘੁੰਮਦੇ ਹੋਣੇ ਕਿਤੇ, ਅਤੇ ਇੱਕ ਆਹ ਫਿਰਦਾ
ਦੋ ਢਾਈ ਮਹੀਨੇ ਦਾ ਹੋਣਾ ਅਜੇ ਇਹ। ਓਏ ਕਾਲੂ, ਓਏ ਕਾਲੂ, ਓਏ ਕਾਲੂ, ਹਟ ਜਾ 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 ਹਟ ਜਾ। ਬਾਕੀ ਕਿੱਥੇ ਆ ਭਾਈ, ਕਿੱਥੇ ਗਏ ਤੇਰੇ? ਓਏ ਬਾਕੀ ਭਾਈ ਕਿੱਥੇ? ਸ਼ਾਮ ਲਿਆ ਪੂਰਾ ਐਨ, ਅਤੇ ਬਸ ਤਾਂ ਰੋਟੀ ਰੋਟੀ ਪਾਈ ਜਾਂਦੇ ਇਹਨਾਂ ਨੂੰ ਲਿਆ ਕੇ ਅਸੀਂ ਅਜੇ। ਅਤੇ ਆਹ ਸਾਹਮਣੇ ਘਰ ਵਾਲੇ ਵੀ ਬਹੁਤ ਵਧੀਆ ਬੰਦੇ ਆ, ਇਹ ਪਾਈ ਜਾਂਦੇ ਇਹਨਾਂ ਨੂੰ ਰੋਟੀ ਰੋਟੀ। ਅਤੇ ਜਿੱਦਣ ਨਹੀਂ ਹੁੰਦਾ ਕੋਈ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਵੈਸੇ, ਕਿਉਂਕਿ ਇਹ ਪਾ ਦਿੰਦੇ ਆ ਰੋਟੀ। ਅਤੇ ਇੱਕ ਪਤਾ ਨਹੀਂ ਮਰ ਗਿਆ, ਪਤਾ ਨਹੀਂ ਕੋਈ ਲੈ ਗਿਆ ਉਹਨੂੰ, ਪਤਾ ਨਹੀਂ ਇੱਧਰ ਉੱਧਰ ਲੰਘ ਗਿਆ ਉਹ ਆਪੇ। ਹੁਣ ਆਉਣਗੇ ਭੱਜੇ, ਉਹ ਇੱਕ ਉਹ ਆ ਗਿਆ। ਪੁਰੂ 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 ਪੁਰੂ, ਬਾਕੀ ਪੁਰੂ ਕਿੱਥੇ ਆ? ਪੂਰਾ ਸਾਂਭਲੇ ਪਿਆ, ਫੜ ਜਾਓ ਫੜ ਜਾਓ ਫੜ ਜਾਓ, ਲੜਕੇ ਰਖਾਓ, ਚਲੋ ਲੜਕੇ ਰਖਾਓ ਲੜਕੇ ਰਖਾਓ ਲੜਕੇ ਰਖਾਓ, ਢਾਲੋ 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 ਢਾਲੋ, ਕਾਲੂ ਫੜ ਲੈ ਨੂੰ ਫੜ ਲੈ ਛੋਟੇ ਜਿਹੇ, ਆਹ ਬਹੁਤ ਚਾਵਲ ਲੱਗ।